ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੀਤ ਕਰੋੜ ਇੱਕ ਬੱਚੇ ਨੇ ਆਪਣੇ ਪਾਪਾ ਨੂੰ ਪੁੱਛਿਆ ਕਿ ਪਾਪਾ ਮੇਰੀ ਕੀਮਤ ਕਿੰਨੀ ਹੈ ਉਹਦੇ ਪਾਪਾ ਕੁਝ ਵੀ ਨਹੀਂ ਬੋਲੇ ਉਹਦੇ ਪਾਪਾ ਨੇ ਉਹਨੂੰ ਇੱਕ ਪੱਥਰ ਦਿੱਤਾ ਤੇ ਕਿਹਾ ਕਿ ਤੂੰ ਇਸ ਪੱਥਰ ਨੂੰ ਲੈ ਕੇ ਬਾਹਰ ਜਾ ਤੇ ਇਹਨੂੰ ਵੇਚ ਦੇ ਤੇ ਜੇ ਕੋਈ ਦੀ ਕੀਮਤ ਪੁੱਛੇ ਤੂੰ ਕੁਝ ਨਹੀਂ ਬੋਲਣਾ ਸਿਰਫ ਦੋ ਉਂਗਲਾਂ ਵਿਖਾਉਣੀਆਂ ਨੇ ਉਹ ਬੱਚਾ ਆਪਣੇ ਪਾਪਾ ਤੇ ਕਹਿਣ ਤੇ ਬਾਹਰ ਗਿਆ ਉਸ ਪੱਥਰ ਨੂੰ ਲੈ ਕੇ ਤੇ ਉਹਨੂੰ ਇੱਕ ਜਨਾਨੀ ਮਿਲੀ ਉਸ ਜਨਾਨੀ ਨੇ ਉਸ ਪੱਥਰ ਦੀ ਕੀਮਤ ਪੁੱਛੀ ਉਸ ਮੁੰਡੇ ਨੇ ਉਸ ਪੱਥਰ ਦੀ ਕੀਮਤ ਦੋ ਉਂਗਲਾਂ ਨਾਲ ਵਿਖਾਈ ਔਰ ਜਨਾਨੀ ਕਹਿੰਦੀ ਅੱਛਾ 2 ਡਾਲਰ ਮੈਂ ਇਸ ਨੂੰ 2 ਡਾਲਰ ਵਿੱਚ ਲੈਣ ਲਈ ਤਿਆਰ ਹਾਂ ਉਹ ਬੱਚਾ ਆਪਣੇ ਪਾਪਾ ਕੋਲ ਗਿਆ ਤੇ ਕਿਹਾ ਕਿ ਪਾਪਾ ਇੱਕ ਜਨਾਨੀ ਇਸ ਨੂੰ 2 ਡਾਲਰ ਵਿੱਚ ਲੈਣ ਲਈ ਤਿਆਰ ਹੈ ਉਸ ਦੇ ਪਾਪਾ ਨੇ ਕਿਹਾ ਕਿ ਤੂੰ ਕਿਸੇ ਮਿਊਜ਼ੀਅਮ ਵਿੱਚ ਜਾ ਤੇ ਇਸ ਪੱਥਰ ਨੂੰ ਵੇਚ ਕੇ ਆ ਉਸ ਦੇ ਉਹ ਬੱਚਾ ਕਿਸੇ ਮਿਊਜ਼ੀਅਮ ਵਿੱਚ ਗਿਆ ਤੇ ਮਿਊਜ਼ੀਅਮ ਦੇ ਮਾਲਕ ਨੂੰ ਉਹ ਪੱਥਰ ਵਿਖਾਇਆ ਮਿਊਜ਼ੀਅਮ ਦੇ ਮਾਲਕ ਨੇ ਉਸ ਦੀ ਕੀਮਤ ਪੁੱਛੀ ਤੇ ਬੱਚੇ ਨੇ ਕਿਹਾ ਕਿ ਬੱਚੇ ਨੇ ਮਾਲਕ ਨੂੰ ਉਹ ਪੱਥਰ ਵਿਖਾਇਆ ਤੇ ਮਿਊਜ਼ੀਅਮ ਦੇ ਮਾਲਕ ਨੇ ਕਿਹਾ ਕਿ ਇਸ ਦੀ ਕੀਮਤ ਕਿੰਨੀ ਹੈ ਬੱਚੇ ਨੇ ਦੋ ਉਂਗਲਾਂ ਵਿਖਾਈ ਬੱਚੇ ਨੇ ਕਹੇ ਉਸ ਨੇ ਕਿਹਾ اچھا 200 ਡਾਲਰ ਮੈਂ ਇਸ ਨੂੰ 200 ਡਾਲਰ ਵਿੱਚ ਲੈਣ ਲਈ ਤਿਆਰ ਹਾਂ ਉਹ ਬੱਚਾ ਆਪਣੇ ਪਾਪਾ ਕੋਲ ਗਿਆ ਤੇ ਕਹੇ ਮੀਜ਼ੀਅਮ ਆਲੇ ਇਸ ਨੂੰ 200 ਡਾਲਰ ਲਈ 200 ਡਾਲਰ ਵਿੱਚ ਲੈਣ ਲਈ ਤਿਆਰ ਨੇ ਉਸ ਦੇ ਪਾਪਾ ਨੇ ਕਿਹਾ ਕਿ ਤੂੰ ਹੁਣ ਇਸ ਪੱਥਰ ਨੂੰ ਲੈ ਕੇ ਸ਼ਹਿਰ ਦੀ ਸਭ ਤੋਂ ਮਹਿੰਗੀ ਪੱਥਰਾਂ ਦੀ ਦੁਕਾਨ ਵਿੱਚ ਲੈ ਕੇ ਜਾ ਤੇ ਉਹ ਬੱਚਾ ਪੱਥਰ ਨੂੰ ਲੈ ਕੇ ਸ਼ਹਿਰ ਦੀ ਪੱਥਰ ਸ਼ਹਿਰ ਦੀ ਸਭ ਤੋਂ ਮਹਿੰਗੀ ਪੱਥਰਾਂ ਦੀ ਦੁਕਾਨ ਵਿੱਚ ਲੈ ਕੇ ਗਿਆ ਤੇ ਦੁਕਾਨ ਦੇ ਮਾਲਕ ਨੂੰ ਉਹ ਪੱਥਰ ਵਿਖਾਇਆ ਦੁਕਾਨ ਦੇ ਮਾਲਕ ਨੇ ਪੁੱਛਿਆ ਇਸ ਦੀ ਕੀਮਤ ਕਿੰਨੀ ਹੈ ਬੱਚੇ ਨੇ ਕਿਹਾ ਕਿ ਬੱਚੇ ਨੇ ਦੋ ਉਂਗਲਾਂ ਵਿਖਾਈ ਮਾਲਕ ਕਹਿੰਦਾ ਕਿ ਅੱਛਾ 2 ਲੱਖ ਡਾਲਰ ਮੈਂ ਇਸ ਨੂੰ 2 ਲੱਖ ਡਾਲਰ ਵਿੱਚ ਲੈਣ ਲਈ ਤਿਆਰ ਹਾਂ ਉਹ ਬੱਚਾ ਹੈਰਾਨ ਹੋ ਗਿਆ ਉਹ ਬੱਚਾ ਆਪਣੇ ਪਾਪਾ ਕੋਲ ਗਿਆ ਤੇ ਕਿਹਾ ਕੀ ਮਿਊਜ਼ੀਅਮ ਵਾਲੇ ਇਸ ਨੂੰ 2 ਲੱਖ ਡਾਲਰ ਵਿੱਚ ਲੈਣ ਲਈ ਤਿਆਰ ਨੇ ਉਸਦੇ ਪਾਪਾ ਨੇ ਕਿਹਾ ਕਿ ਹੁਣ ਤੈਨੂੰ ਪਤਾ ਲੱਗਿਆ ਕਿ ਤੇਰੀ ਕੀਮਤ ਕਿੰਨੀ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਤੇਰੀ ਜਾਤ ਕੀ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿਸ ਪਰਿਵਾਰ ਵਿੱਚ ਜੰਮਿਆ ਹੈ ਤੇਰੀ ਧਰ ਤੇਰਾ ਧਰਮ ਕੀ ਹੈ ਤੇਰੀ ਚਮੜੀ ਦਾ ਰੰਗ ਕੀ ਹੈ ਮੈਨੂੰ ਇਹ ਰੱਖਦਾ ਹੈ ਕਿ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ ਤੂੰ 2 ਡਾਲਰ ਦਾ ਹੈ ਜਾਂ 2 ਲੱਖ ਡਾਲਰ ਦਾ ਇਹ ਇਹ ਤੇਰੀ ਸੋਚ ਤੇ ਡਿਪੈਂਡ ਕਰਦਾ ਹੈ ਤੇ ਜੋ ਲੋਕ ਅੱਜ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤੇ ਇਹ ਇਹ ਕਹਿ ਰਹੇ ਨੇ ਕਿ મોદી ਨੇ ਬਿਲ ਪਾਸ ਕਰਤੇ ਤੇ ਸਾਨੂੰ ਕੀ ਲੈਣਾ ਉਹਨਾਂ ਲੋਕਾਂ ਦੀ ਕੀਮਤ 2 ਡਾਲਰ ਹੈ ਤੇ ਜੋ ਅੱਜ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਬੈਠੇ ਨੇ ਉਨ੍ਹਾਂ ਲੋਕਾਂ ਦੀ ਕੀਮਤ 2 ਲੱਖ ਡਾਲਰ ਹੈ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਾ ਸਮਝਿਓ ਕੌਣ ਕਹਤਾ ਹੈ ਕਿ ਆਸਮਾਨ ਮੇ ਸੁਰਾਗ ਨਹੀਂ ਮਿਲਤਾ ਇੱਕ ਪੱਥਰ ਤੋ ਉਚਾਲ ਕੇ ਦੇਖੋ